ਡਾਕਟਰ ਸਾਹਿਬ ਜੋ ਵਾਦਾ ਕੀਤਾ ਉਹ ਨਿਭਾਣਾ ਪੜੇਗਾ ਨਿਭਾਣਾ ਪੜੇਗਾ ਸਰ ਜੋ ਮਰਜੀ ਤੋ ਰੁਕ ਪਰ ਤੋਹੇ ਇੱਥੇ ਆਣਾ ਪੜੇਗਾ ਆਣਾ ਜਨਾਬ ਤੋਹੇ ਸਾਹੇ ਇਥਾਣੀਆਂ ਸੁਣਾਈ ਲੋ ਪਹਿਲਾਂ ਜਾਓ ਬੱਚੋ ਘਰ ਸਾਡੇ ਕੋਲ ਕੱਖ ਨਹੀਂ ਜਿਹੜੀ ਚੀਜ਼ ਵੀ ਆਏ ਸੁਣਾਉ ਤੋ ਸੇ ਇੱਥੇ ਸਾਹਮਣਾ ਨਹੀਂ ਆਹ ਕਹਿ ਲਈ ਤਾਂ ਕਜਲ ਕਰਾ ਕਰ ਦਿਓ ਇੱਕ ਨੇ ਮੈਂ ਅੱਜ ਕੋਈ ਮੇਰੇ ਭਰਾਵਾਂ ਨੇ ਕੋਈ ਇੰਟਰਵਿਊ ਦਿਖਾਇਆ ਜਨਾਬ ਹੁੰਦਾ ਇੰਟਰਵਿਊ ਆ ਵੀਬੋਦ ਗੁਪਤਾ ਦਾ ਜੀ ਮੈਂ ਕੀ ਗੱਲ ਮੈਂ ਸੁਣੀ ਨਹੀਂ ਤਾਂ ਉਸ ਸਾਨੂੰ ਥੋੜਾ ਵਿਸਤਾਰ ਕਰਨ ਸਰ ਇੱਕ ਸੀਨੀਅਰ ਲੀਡਰ ਨੇ ਬੀਜੇਪੀ ਦੇ ਉਹਨੇ ਇੱਕ ਇੰਟਰਵਿਊ ਦਿੱਤਾ ਅੱਜ ਉਹਦੇ ਚ ਆਖਦੇ ਨੇ ਕਿ ਪ੍ਰੋਟੈਸਟ ਕਰਨ ਅਸ ਨੌਕਰੀਆਂ ਨਹੀਂ ਦੇ ਸਕਦੇ ਔਰ ਨਾ ਹੀ ਗਵਰਨਮੈਂਟ ਹਰੇਕ ਬੱਚੇ ਦੀ ਨੌਕਰੀ ਪ੍ਰੋਵਾਈਡ ਕਰ ਸਕਦੀ ਹੈ ਅਗਰ ਅਸ ਨਵੀਂ ਰਿਕਰੂਟਮੈਂਟ ਦਿੰਨੇ ਆ ਤੇ ਜਿਹੜੇ ਬੱਚੇ ਨੇ ਉਹ ਪ੍ਰੋਟੈਸਟ ਕਰਨਗੇ ਸਿਰਫ ਅਸਲੀ ਮੈਂ ਗੱਲ ਸਮਝਾਉਣਾ ਚਾਹਨਾ ਮੇਰੇ ਬੀਰੋ ਨੇ ਜਰਾ ਕੱਢੀਏ ਦਸਨ ਕਿ ਜਿਹੜੀ ਐਡਵਰਟਾਈ ਉਦੇ ਵਿੱਚ ਲਿਖਿਆ ਦਾ ਕੈਮਰਾਮੈਨ ਸਰ ਜੂਮ ਕਰੀ ਦਸਨ ਇਹ ਦੇਖੋ ਇਹਦੇ ਚ ਲਿਖਿਆ ਦਾ ਕੀਪਰ ਥੀ ਅਗਰ ਕਿਸੇ وجہ ਕਨ ਡਿਲੇ ਹੁੰਦੀ ਹੈ ਉਹਦੀ ਵੈਕੈਂਸੀ ਇਨਕਰੀਜ਼ ਵੀ ਕੀਤੀ ਜਾ ਸਕਦੀ ਹੈ ਤੇ ਡਿਕਰੀਸ ਵੀ ਕੀਤੀ ਜਾ ਸਕਦੀ ਹੈ ਸਰ ਸਪਰਥੀ ਕੀ ਚੌਥਾ ਸਾਲ ਲਗੀ ਪਿਆ ਪਰਥੀ ਦੀ ਜਿਹੜੀ ਟਾਈਮ ਪੀਰੀਅਡ ਹੁੰਦਾ ਸਾਲ ਦਾ ਜਾਂ ਡੇਢ ਸਾਲ ਦਾ ਹੁੰਦਾ ਹੈ ਮੇਰੇ ਖਿਆਲ ਚ ਉਹਨੇ ਧਿਆਨ ਕਰੀਏ ਪੜਿਆ ਨਹੀਂ ਹੋਣਾ ਮੈਂ ਚਾਹਨਾ ਮੈਂ ਰਿਕਵੈਸਟ ਕਰਾਂ ਕਿ ਸਰ ਤੁਸੀਂ ਇੱਕ ਵਾਰੀ ਪੜੀਏ ਜ਼ਰੂਰ ਦੇਖਿਓ ਔਰ ਸੈਕੰਡ ਗੱਲ ਇਹ ਹੈ ਸਰ ਅਸੀਂ ਇੰਨ ਤਰ੍ਹਾਂ ਨਾਲ ਆਈ ਨਹੀਂ ਮੰਗਾਦੇ ਇਹਨੇ ਵਾਦਾ ਕੀਤਾ ਹਾ ਤੇ ਅਸੀਂ ਮੰਗਾ ਦਿਆਂ ਔਰ 3 ਦਾ ਲੈ ਹੈ ਸਰ ਕਿ ਜਿਸ ਨੇ ਕੋਈ ਪਰਥੀ ਹੁੰਦੀ ਹੈ ਰਿਕਰੂਟਮੈਂਟ ਹੁੰਦੀ ਹੈ ਉਹ ਏਜੰਸੀ ਉਹ ਬੋਰਡ ਰਿਕਰੂਟਮੈਂਟ ਬੋਰਡ 10% ਜਾਂ 15% ਇੰਨੇ ਦਾ ਬੱਚੇ ਅਡਵਾਂਸ ਜਿਆਦਾ ਚੁਕਦਾ ਹੈ ਵੈਕੈਂਸੀਜ਼ ਨੂੰ ਲੇਕਿਨ ਸਰ ਤੁਸੀਂ ਆਪੇ ਦੇਖੋ ਇਹਦੇ ਵਿੱਚ 1356 ਵੈਕੈਂਸੀ 3300 ਪਲੱਸ ਬੱਚਾ ਚੁਕਿਆ ਗਿਆ ਟੈਕਸ ਪੇਅਰ ਦਾ ਪੈਸਾ ਕਿਉਂ ਬਰਬਾਦ ਕੀਤਾ ਅਗਰ ਬੱਚੇ ਨਹੀਂ ਹੀ ਲੈਣੇ ਤੁਸੀਂ ਦੇ 1356 ਤਾਂ ਚੁਕਿਆ ਬਾਕੀ ਬੱਚੇ ਦਾ ਰੀਮੈਡੀਕਲ ਹੋਇਆ ਉਹ ਖਰਚਾ ਕੌਣ ਦੇਵੇਗਾ ਇੱਕ ਬੱਚੇ ਦਾ 4000 ਦੇ ਲਗਭਗ ਖਰਚਾ ਆਉਂਦਾ ਹੈ ਟੈਸਟ ਦਾ ਮੈਡੀਕਲ ਕਰਨੇ ਦਾ 3300 ਬੱਚੇ ਦਾ ਜਿਹੜਾ ਖਰਚਾ ਹੋ ਜਾ ਉਹ ਕੌਣ ਦੇਗਾ ਅਗਰ ਤੁਸੀਂ ਨਵੀਂ ਰਿਕਰੂਟਮੈਂਟ ਦਿੰਦੇ ਹੋ ਤੇ ਜੁੰਦੀ ਏਜੋ ਹੀ ਦੀ ਆ ਇਹ ਕਿਥੇ ਜਾਣਗੇ ਤੁਸੀਂ ਨਵੀਂ ਕੀ ਦਿਆ ਦਿਓ ਮੌਕਾ ਦਿਓ ਤਾਂ ਵੈਲੈਂਟ ਗੁੱਡ ਹੈ ਸਾਡੇ ਛੋਟੇ ਭਰਾ ਕਰਨ ਸਾਨੂੰ ਖੁਸ਼ੀ ਆ ਲੇਕਿਨ ਇਹ ਕਿਥੇ ਜਾਣਗੇ ਜੁੰਦੀ ਏਜੋ ਹੀ ਦੀ ਆ ਤੁਸੀਂ ਬਾਰ ਬਾਰ ਸਾਨੂੰ ਕਿਉਂ ਪ੍ਰੈਸ਼ਰਾਈਜ਼ ਕਰਾ ਦਿਓ ਬਾਰ ਬਾਰ ਜਿਹੜਾ ਸਹੀ ਇਸ਼ੂ ਹੈ ਮੁੱਦੇ ਪਰ ਕਿਉਂ ਇਹਨੇ ਫਲਟਰੇਟ ਕਰਾ ਦਿਓ ਤੁਸੀਂ ਕਿਉਂ ਮੁੱਦਾ ਚੇਂਜ ਕਰਨਾ ਚਾਹੁੰਦੇ ਹੋ ਕਿ ਅਸਤਰ ਨੇ ਪਰ ਬੈਠੇ ਨੇ ਆਸ ਤੇ ਆਪਣਾ ਇੱਕ ਡਿਮਾਂਡ ਕਰ ਰਹੇ ਨੇ ਜਿਹਦਾ ਵਾਦਾ ਤੁਸੀਂ ਕੀਤੇ ਦਾ ਫਿਰ بار-बार ਇਹ ਆਸ ਤੇ ਸਾਨੂੰ ਤੇ ਕੁਦਰਤ ਦੱਸਿਆ ਨਹੀਂ ਅਸੀਂ ਝੂਠ ਥੋੜੀ ਮਾਰਨਾ ਜੀ ਇੱਕ ਬੰਦਾ ਝੂਠ ਮਾਰਿਆਗਾ ਦੋ ਬੰਦਾ 1456 ਬੱਚਾ 1556 ਬੱਚਾ ਝੂਠ ਥੋੜੀ ਮਾਰ ਤੋ ਸਾਖ ਦੇ ਤਰਨੇ ਪਰ ਬੈਠੇ ਦਿਆਂ ਤਰਨੇ ਪਰ ਥੋੜੀ ਬੈਠਦੇ ਆਸੀਂ ਉਹ ਡਿਮਾਂਡ ਕਰ ਰਹੇ ਨੇ ਜਿਹੜੀ ਤੁਸੀਂ ਦੱਸੀ ਅੱਛਾ ਸਰ ਇਹ ਗੱਲ ਹੋ ਰਹੀ ਕਿ ਇਹ ਆਦੇ ਕੀ ਭਲਾ ਵੈਕੈਂਸੀਆਂ ਇੰਨੀਆਂ ਨਹੀਂ ਦਿੱਤੀ ਜਾਂਦੀਆਂ ਸਰ ਜੁਣੇ ਵੈਕੈਂਸੀਆਂ ਚਾਹੀਦੀਆਂ ਨਾ ਸਰ ਇਹ ਬੀਐਸਐਫ ਵਾਲੇ ਪਲੋੜਾ ਵਾਲੇ ਸਰ ਇਹਨੇ ਆਪਣੀ ਤਰਫਾ ਇਹਨੇ ਲੈਟਰ ਕਿਉਂ ਕਿ ਜੇ ਇਹਨੇ ਦਿੱਲੀ ਕੀ ਆਸੇ ਵੈਕੈਂਸੀਆਂ ਚਾਹੀਦੀਆਂ ਨਾ ਆਲਰੇਡੀ ਸਾਰੀ ਨੇ ਉਹ 7000 ਪੋਸਟ ਭੇਜੀ ਆ ਇਹਨੇ ਬੋਲਿਆ ਕਿ ਸਾਰਾ ਕੋਲ ਆਲਰੇਡੀ ਮੈਡੀਕਲ ਫਿਟ ਹੋਏ ਨੇ ਬੱਚੇ ਇਹਨੇ ਅਸਲ ਲੈਣੇ ਆ ਸਰ ਇਹਨੇ ਆਪਣੇ ਡੀਜੀਪੇ ਜੁੜੀਆਂ ਅਪਲੀਕੇਸ਼ਨਾਂ ਉਹਨੇ ਵੀ ਮੇਰੇ ਖਿਆਲ ਨਾਲ ਉਹਨੇ ਕਲੀਅਰ ਕਰ ਜਿਹੜੇ ਦਾ ਕਿ ਆਹ ਇੰਨੀਆਂ ਰਿਕਰੂਟਮੈਂਟ ਚਾਹੀਦੀ ਹੈ ਉਹਨ ਸਰ ਗਵਰਨਮੈਂਟ ਦਾ ਕੰਮ ਹੈ ਜਿਹੜਾ ਅੱਗੇ ਬਚਿਆ ਨਾ ਇੱਕ ਸਾਈਨ ਬਜਦਾ ਸਰ ਉਹ ਗਵਰਨਮੈਂਟ ਦਾ ਕੰਮ ਆ ਲੇਕਿਨ ਗਵਰਨਮੈਂਟ ਦੀ ਸਰ ਕੋਈ ਆਖਣਾ ਨਹੀਂ ਕੱਖਣਾ ਨਾ ਇਹ ਗਵਰਨਮੈਂਟ ਦੀ ਆਖਣਾ ਤਾਂ ਆਪਣਾ ਕਲੀਅਰ ਕਰ ਸਰ ਇਹ ਨੇ ਇਥੋਂ ਕਲੀਅਰ ਵੀ ਕਰਛਾ ਜੀਣਾ ਸਰ ਕਿੰਨੇ ਲੈਟਰ ਗਏ ਦੇਣਾ ਵੀ ਐਸਾ ਪਲੋੜਾ ਇਹਨੇ ਕਮ ਸੇ ਕਮ ਵੀ 3-4 ਰਿਮਾਈਂਡਰ ਉਹਨੇ ਭੇਜੀਉ ਦੇਣਾ ਲੈਟਰ ਸਰ ਫਿਰ ਭੁਜੀਏ ਦੇਣਾ ਸਾਈਨ ਵੀ ਡਿਜੀਟਲ ਜੀ ਹੁੰਦੇ ਹੋਈ ਦੇਣਾ ਉਹਨਾਂ ਖਾਲੀ ਸਰ ਜਿਹੜੇ ਅਜੇ ਪਹਲਾ ਹੋਣਾ ਉਹ ਇੱਕ ਸਾਈਨ ਕਰੀ ਉਹਨਾਂ ਤੇ 1500 ਟੱਬਰ ਬਸੀ ਜਾਂਦਾ ਇਹਨੇ ਸਰ ਉਹ ਚੀਜ਼ਾ ਪਤਾ ਨਹੀਂ ਲੱਗਾ ਕਿ ਗਵਰਨਮੈਂਟ ਇੰਦੀ ਹੈ ਈਥੋਂ ਆਨੇ ਸੁਣਾਣ ਜੰਮੂ ਦੇ ਨੁਮਾਇੰਦੇ ਹੋਣੇ ਸੁਣਾਗਣ ਅਗਰ ਦਿੱਲੀ ਸੁਣਾਗਣ ਤੋਂ ਹੁੰਦੇ ਕੋਈ ਗੱਲ ਪੁੱਜਣੀ ਆ ਸਰ ਹੁਣ ਆਸੇ ਦੇ ਨੇ ਸੁਣਾਈਸ ਨੇ ਤਾਂ ਕੀ 50 ਦਿਨ ਹੋਈਏ ਸਰ ਸੁਣਾਦੇ ਔਰ ਇਨੇ ਕ ਸੁਣਾਣਾ ਸਰ ਉਹਨੇ ਦੀ ਆਸ ਤਾਂ ਜਾਈ ਨਹੀਂ ਸਾਡੇ ਦਿੱਲੀ ਤੋਂ ਦੇ ਮਾਧਿਮਾ ਨੇ ਇਹਨੇ ਸੁਣਾਨੇ ਕਿ ਜਨਾਬ ਬੀਐਸਐਫ ਚਾਹੰਦੀ ਹੈ ਕਿ ਅਸ ਬੱਚੇ ਰੱਖਣੇ ਆ ਬੀਐਸਐਫ ਇਹ ਚਾਹੰਦੀ ਹੈ ਕਿ ਜਿਹੜੇ ਬੱਚੇ ਸਾਡੇ ਕੋਲ ਸਿਲੈਕਟ ਹੋਏ ਨੇ ਤਈਆਂ ਹੋਣੇ ਸਰ 1300 ਵੈਕੈਂਸੀ 3300 ਬੰਦਿਆ ਮੈਡੀਕਲ ਕੀਤਾ ਹੋਣੇ ਕਿਉਂਕਿ ਉਹਨੇ ਪਤਾ ਏਕ ਕੁਆਲੀਫਾਈਡ ਨੇ ਬੱਚੇ ਇਨੀ ਇੰਜਨ ਹੀ ਛੱਡੀ ਸਕਦੇ ਆ ਅਸ ਕੱਲ ਦੀ ਕੋਆ ਸਾਡੇ ਕੋਲ ਵੈਕੈਂਸੀ ਭਾਈ ਦੀ ਤਾਂ ਨਹੀਂ ਦੇਗੇ ਸਰ ਉਹਨੇ ਆਪਣੀ ਤਰਫੋਂ ਲੈਟਰ ਭੇਜੀ ਜੂੜੇ ਨੇ ਔਰ ਇੰਦਾ ਫਰਜ ਬੰਦਾ ਸਰ ਗਵਰਨਮੈਂਟ ਦਾ ਕਿ ਜਿਹੜੀ ਸਾਡੀ ਜੰਮੂ ਦੀ ਗਵਰਨਮੈਂਟ ਹੈ ਈ ਉਹਨੇ ਸੁਨਾਜ ਹੀ ਹੈ ਕਿ ਜਨਾਬ ਬੀਐਸਐਫ ਵਾਲੇ ਵੀ ਚਾਹੁੰਦੇ ਨੇ ਪਰਤੀ ਨਹੀਂ ਤਾਂ ਤੋਸਵੀ ਲਿਖੀ ਦਿਓ ਇਹ 1556 ਬੱਚਾ ਤੁੰਦੇ ਕੋਲ ਲੈਟਰ ਪੁੱਜੇ ਨੇ ਰੈਣਾ ਸਾਹਿਬ ਉਹਨੇ ਲੈਟਰ ਭੇਜੇ ਨੇ ਜਨਾਬ ਉਹਗਾ ਖੋਲੀਏ ਆਖੋ ਕਿ ਜਿਹੜੇ ਆਹ ਲੈਟਰ ਭੇਜੇ ਨੇ ਤਾਂ ਉਹਗਾ ਤਾਂ ਖੋਲੀਏ ਲਿਖੋ ਉੰਦੇਰੇ ਇੱਕ ਸਾਈਨ ਕਰੋ ਸਾਈਨ ਕਰੀਆ ਸਰ ਬੀਐਸਏ ਵਾਲੇ ਦਿਓ ਤਾਂ ਵੀ ਜਿਹੜਾ ਬੱਚਿਆਂ ਫਿਊਚਰ ਹੈ ਇਹ ਥੋੜਾ ਸਹੀ ਹੋਈਆ ਸਰ ਆਸ ਦੇ ਧਿਆਨ ਸਰ ਅਸ ਜੂਤ ਦੀ ਅੱਗਾ ਕਰਗੇ ਅੱਗਾ ਕਰਗੇ ਸਰ ਇਸ ਸਾਲ ਤੀ ਦਿਨੇ ਬੜੀ ਪਿਛਾ ਲਈ ਜਾਣਾ ਸਰ ਆਈ ਅਜ 50 ਦਿਨ ਹੋਈਆ ਸਰ ਅਜ ਲਗਭਗ 50 ਦਿਨ ਹੋਈਆ ਕੋਈ ਪੁੱਛਣ ਵਾਲਾ ਨਹੀਂ ਆਵਾਜ਼ ਸਰ ਜਿਹੜਾ ਸਮਾਨ ਹੈ ਉਹ ਵੀ ਚੁੱਕੀ ਲਈ ਆ ਮੈਨੂੰ ਇਸ ਗੱਲ ਦਾ ਇਨਾ ਦੁੱਖ ਲੱਗਾ ਕਿ ਤੁਸੀਂ ਪੜਿਆ ਵੀ ਨਹੀਂ ਤੇ ਤੁਸੀਂ ਇੰਟਰਵਿਊ ਦਿੱਤਾ ਤੁਸੀਂ ਪੜਿਆ ਨਹੀਂ ਉਹ ਕੀ ਬੋਲਾ ਦਿਆ ਉਹਦੇ ਵਿੱਚ ਸਰਫ ਕੈਂਸੀਆਂ ਪੇ ਦੀਆਂ ਨਾ ਅਵੇਲੇਬਲ ਨਾ ਜਾਂਦੀਆਂ ਦੇ ਕੋਲ ਉਹ ਖੁਦ ਚਿੱਠੀਆਂ ਲਿਖੇ ਭੇਜਦੇ ਨੇ ਕਿ ਸਾਨੂੰ ਵੈਕੈਂਸੀ ਦਿਓ ਸਾਡੇ ਮਸਲੇ ਸਰ ਲੋਕੀ ਚੰਦ ਚੰਦ ਲੋਕਾਂ ਨੂੰ ਪਤਾ ਸਰ ਜਿਹੜਾ ਸਾਡਾ ਮਸਲਾ ਪੂਰੀ ਡਿਟੇਲ ਵਿੱਚ ਚੰਦ ਲੋਕਾਂ ਨੂੰ ਪਤਾ ਸਰ ਔਰ ਉਸ ਚ ਸਰ ਇਹ ਕੋਈ ਨਿਆ ਨਿੱਕਾ ਮोटा ਮਸਲਾ ਨਹੀਂ ਸਰ ਸਾਡੀ ਜ਼ਿੰਦਗੀ ਦਾ ਸਵਾਲ ਹੈ ਇਹ 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 ਤਾਂ ਸਨਾਈਟ ਦੇ ਕੀ ਪਹਿਲਾਂ ਪ੍ਰੋਟੈਸਟ ਕਰੀਏ ਵੈਕੈਂਸੀਆਂ ਨਹੀਂ ਮਿਲਦੀਆਂ ਜਾਂਈਆਂ ਸਾਰਾ ਪ੍ਰੋਟੈਸਟ ਕਰੀਏ ਵੈਕੈਂਸੀਆਂ ਨਹੀਂ ਲੈ ਰਹੇ ਅਸ ਆਪਣਾ ਆਖ ਹਿੰਦੂ ਵਾਲਾ ਮੰਗਾ ਕਰਦੇ ਆ ਔਰ ਜਿਹੜਾ ਵਾਦਾ ਸਰ ਇਹ ਸਾਡੇ ਨਾਲ ਕਰਦੇ ਨਾ ਅਸ ਉਹਦੇ ਉੱਪਰ ਕਾਇਮ ਆ ਸਰ ਹੁਣ ਇੰਦਾ ਫਰਜ ਬੰਦਾ ਉਸ ਵਾਦੇ ਉੱਪਰ ਇੱਦੀ ਕਾਇਮ ਰੋਣ ਉਹਨੇ ਆ ਦੇ ਸਾਡੇ ਕੋਲ ਕੋਈ ਰਿਕਾਰਡ ਨਹੀਂ ਕੋਈ ਐਸੀ ਸਾਰਾ ਐਸੇ ਕੋਈ ਆਉਣਾਸ ਪ੍ਰਧਾਨ ਮੰਤਰੀ ਸਾਹਿਬ ਉਹਦੇ ਮਿਲਣ ਜਾਈਏ ਕਿ ਆਹੇ ਮੋਬਾਈਲ ਅੰਦਰ ਜਾਣ ਦਿੰਦਾ ਸਰ ਕੋਈ ਨਹੀਂ ਜਾਣ ਦਿੰਦਾ ਔਰ ਇਹਨੇ ਆਖਿਆ ਸਰ ਰਿ ਇਨੇ ਵੀ ਸਰ ਪਤਾ ਹੈ ਕਿ ਅਸੀਂ ਇਨੀ ਗੱਲ ਆਖੀ ਦੀ ਜੀਡੀਸੀ ਇਲੈਕਸ਼ਨਾਂ ਦੌਰਾਨ ਤਾਂ ਗਰੀ ਸਰ ਇਹਨਾਂ ਸਾਰੀਆਂ ਸ਼ੀਟਾਂ ਵੀ ਮਿਲੀਆਂ ਸਭ ਕੇ ਸ਼ੋਇਆ ਬੱਚੇ ਜ਼ੋਰ ਵੀ ਲਾਇਆ ਲੇਕਿਨ ਇਨੇ ਸਰ ਥੋੜਾ ਚਾਹੀਦਾ ਕਿ ਆਪਣੀ ਤਰਫਾ ਵੀ ਸਰ ਇਹਨਾਂ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਨਾ ਕਿ ਸਾਰਾ ਝੂਠ ਹੈ ਜੰਮੂ ਕਸ਼ਮੀਰ ਦਾ ਝੂਠ ਹੈ ਇੰਦੇ ਲਈ ਸਾਰਾ ਕੇਸ ਤੇ ਕੇਸ ਕਰੀਏ ਜਿਹੜਾ ਹੈ ਅੱਗੂ ਆਣੇ ਆ ਦਿਖਣਾ ਆ ਸਾਰਾ ਹੈ ਭਰਤੀ ਵੀ ਦੇਣੇ ਆ ਵੋਟ ਕਰਨੇ ਨਾ ਜਿਹਾ ਹੈ ਅੱਜ ਇਸ ਤਰ੍ਹਾਂ ਦਰਬਦਰ ਕਰਗਣ ਸਰ ਫਿਰ ਆ ਗਿਆ ਕਿ ਕਿਹੜੀ ਨਜ਼ਰੀਆਂ ਨਹੀਂ ਦੀਗੇ एक बड़ा इंटरेस्टिंग ना सवाल जो है वो मैं पूछना चाहता हूँ आज आ, रविंदर राणा जी कह रहे हैं मैंने किया है मैंने लेटर दे दिया है अब वहाँ से अगर पास होगा चलो वो भी अपनी जगह सही है तो आ, एक सवाल ना मेरे दिमाग में आ रहा था आप लोगों से पूछ रहा हूँ अगर रविंदर राणा जी की जगह सोचो चौधरी लाल सिंह जी अगर स्टेट प्रेजिडेंट होते भाजपा के या देविंद्र सिंह राणा जी स्टेट प्रेजिडेंट होते भाजपा के या फिर कोई और नेता होता श्री रमन भल्ला जी होते अगर स्टेट प्रेजिडेंट भाजपा के क्या लगता है फिर क्या हो सकता है सर देखिए बात होती है ना कि जब आप किसी चेयर पर बैठते हो मैं एक चीज़ बोलना चाहूँगा कि वो मैटर नहीं करते कि आपकी चेयर का रैंक क्या है अगर कोई काम करना चाहता ना दिल से आप शो तो कर लोगे कि हाँ मैंने बाहर से मतलब ये लेटर वगैरह फैक्स कर दिया जो भी ओवरऑल थिंग लेकिन जब आप किसी चीज़ के जुनून से पड़ जाते हो ना जिसके पीछे आप पूरा जोर लगाते हो तो ये सोच के नहीं कि ये जो काम है बच्चों का है अगर आप ये सोच के चलोगे ये काम मेरे बच्चों का है मेरे अपने बच्चों का है तो कहने के उस काम के होने की संभावना ज़्यादा हो जाती है मेरे बोलने का सिर्फ ये मतलब है कि रैना साहब का जो अहदा है जो उनकी एक पावर वो इतनी भी स्मॉल पावर नहीं है वो अभी स्टेट प्रेजिडेंट है बीजेपी के इतनी बड़ी गवर्नमेंट के इतनी बड़ी पार्टी के तो आप बताइए कि जो ये रैना साहब है क्या इनके पास इतनी भी पावर नहीं होगी कि हमारी बात को आगे जब ढालते हैं आगे जब बोलते हैं तो उसमें कोई जोर हो उसमें कोई पावर हो तो मैं सिर्फ ये मुद्दा ये बात अलग है कि काम नहीं हो रहा है मैंने लेटर वगैरह वो सिर्फ लारा लगाने की बात है पहले लॉली पॉप देते थे या फन पॉप दे रहे हैं तो मैं सिर्फ एक बात बोलना चाहता हूँ कि इनके जो लीडर बोलते हैं कि अगर हम इनको ज्वाइनिंग दे देते हैं तो दूसरे बच्चे प्रोटेस्ट करेंगे वो कोर्ट केस करेंगे कि हमें हमारी वैकेंसी इनको दे दी और मैं एक बात बोलना चाहता हूँ सर आपको ਉਹ ਉਹ ਚੀਜ਼ ਆਪ ਸੋਚਨੇ ਜੋ ابھی ਹੋਈ ਨਹੀਂ ਆਪ ਇਹ ਸੋਚਨੇ ਕਿ ਅੱਗੇ ਬੱਚੇ ਇਹ ਕਰਨਗੇ ابھی ਆਪ ਨੂੰ ਇਹ ਨਹੀਂ ਦਿਖ ਰਿਹਾ ਜੋ ਬੱਚੇ ਆਪਕੇ ਇਧਰ ਗੇਟ ਕੇ ਪਾਰ ਆਪਕੇ ਦਰਵਾਜੇ ਕੇ ਪਾਰ ਬੈਠੇ ਹਾਂ ਹਮ ਤੋ ਬੈਠੇ ਹੋਏ ਨਾ आप और वो बैठेंगे हम बैठे हुए हैं हम प्रेजेंट में अभी और हमारी सबसे बड़ा मुद्दा था कि चार साल हो गया हमारी एज निकल गई जो बच्चों की एज निकल गई उनका भविष्य उनका फ्यूचर किधर जाएगा आपको उनकी फिक्र है जो आगे आएंगे तीस हज़ार वैकेंसी अगर आप पंद्रह दे दोगे कितनी बची अट्ठाईस रख लो चलो अप्रोक्सीमेटली अट्ठाईस बची तो कहीं ना कहीं कही नुकसान किसका अगर वो हमें वैकेंसी नहीं देंगे तो हमारा नुकसान है उनका नहीं ना तो मेरी सरकार से अपील है राना साहब से अपील है कि ये काम हमारा सोच के ना करें बी के एसपेरेंट्स का ये काम सोचिए करें कि ये जो बच्चे ये उनके बच्चे हैं ये उनकी जनता है अगर उनको आगे इलेक्शन में जीतना अगर सीएम बनना चाहते हैं तो कहने के उन्हें हमारा काम करना पड़ेगा ताकि हमें भरोसा हो कि ये सीएम बनने के लायक है काम करने के लायक है सर हमें नहीं सर पूरी जनता पूरी जनता को भरोसा जनता हो जाएगा अगर हमारा काम ये होगा ना सर पूरी जनता को हो जाएगा कि बीजेपी झूठे वादे नहीं करती अगर उन्होंने वादा किया है वो पूरा कंप्लीट करेगी तो जैसे ये बोल रहे हैं कि पीछे कोई धरने करेंगे सर हमारे पीछे है कौन अभी पंद्रह सौ छप्पन है सर ये इनकी जेनुअन डिमांड है इन्होंने हर चीज़ क्वालीफाई की है मेडिकल फिजिकल हर एक चीज़ क्वालीफाई की है सर तो पंद्रह सौ छप्पन सर ये ले लेंगे तो उसके पीछे क्या रहेगा है।, है ही नहीं कोई अभी और सर जो डेली वेजर का मसला वो ऑलरेडी सिलेक्टेड है सर और वो, वो, वो गवर्नमेंट की लिस्ट में आते हैं लेकिन आ, हम तो सब अभी कहीं ना आए हम पूरे सिलेक्ट हुए हमने पूरी तैयारी कर रखी थी अब हम बरती हैं बड़े बड़े नंबर लिए हैं हमने ये इतने छोटे मोटे नंबर नहीं लिए कि पचास लिए साठ लिए सर सभी के नंबर सेवेंटी प्लस ही हैं सर और सर अगर अगर ये जो जितने भी एस्पिरेंट्स हैं इनमें से सिक्सटी फाइव परसेंट प्लस बच्चे हैं जिनकी एज हो चुकी है अगर इन बच्चों को नहीं लिया जाता ये तो बे दर बदर हो गए इनका तो कुछ नहीं रहा लेकिन जो थर्टी फाइव परसेंट है वो भी तो नेक्स्ट वाले के कंपटीशन में आएंगे दोबारा से उनका मेडिकल करवाएंगे आप फिर टैक्स पेयर का खर्चा बर्बाद होगा ਔਰ ਜੋ ਅਵਿੰਦਰ ਹਨਜੀ ਨੇ ਕੱਲ ਬੋਲਾ ਥਾ ਕਿ ਉਹ ਆਪਸੇ ਮਿਲਣ ਆਉਣਗੇ ਆਏ ਸਰ ਅੱਧਾ ਘੰਟਾ ਦਾ ਟਾਈਮ ਦਿੱਤਾ ਹ ਤੇ ਤੁਸੀਂ ਦੇਖ ਲਓ ਇਹ ਸੂਈ ਮੇਰੇ ਖਿਆਲ ਰੁਕੀਏ ਦੀ ਜਾਂ ਸੈਲਡ ਆਉਣਾ ਮੇਰੇ ਖਿਆਲ ਚ ਸੈਲਪੁਆਇੰਟ ਰਹੀਏ ਤਨ ਆਏ ਨਹੀਂ ਅਜੇ ਤੱਕ ਹੁਣ ਪਤਾ ਨਹੀਂ ਉਹਨਾਂ ਵੀ ਘੜੀ ਲੈਣਗੇ ਤੇ ਉਹ ਦੇਖਣਗੇ ਉਹਦੇ ਬਦ ਅੱਧਾ ਘੰਟਾ ਹੋ ਜਾਣੀ ਤੇ ਫਿਰ ਆਣਗੇ ਫਿਰ ਸੇ ਜੋ ਹੈ ਬੀਐਸਐਫ ਸੀਐਸਐਫ ਵਾਲੇ ਜੋ ਹੈ ਉਹ کہیں ਨਾ کہیں ਬਾਜਪਾ ਕੇ ਆਫਿਸ ਕੇ ਬਾਹਰ ਬੈਠੇ ਹੈ ਧਰਨੇ ਪਰ ਔਰ जो गाना उन्होंने गाया था उसी गाने से मैं अंत करना चाहता हूँ जो वादा किया है वो निभाना पड़ेगा डॉक्टर जितेंद्र सिंह जी को आना पड़ेगा यू आर वॉचिंग द फर्स्ट हेट आर्म विध कैमरा मैन रघु शर्मा साइन ऑफ फ्रॉम